ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਸੀ ਜੀ ਸੀ ਦੇ ਪੂਰੇ ਪਰਿਵਾਰ ਨੂੰ ਮੁਬਾਰਕ ਹੋਵੇ। ਮੈਂ ਆਪਣੇ ਵਿਦਿਆਰਥੀਆਂ ਨੂੰ, ਅਧਿਆਪਕਾਂ ਨੂੰ ਔਰ ਸਾਰੇ ਹੀ ਜਿਹੜੇ ਸਾਡੇ ਇੱਥੇ ਪਰਿਵਾਰ ਦੇ ਮੈਂਬਰ ਹੈਗੇ ਨੇ ਉਹਨਾਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ। ਔਰ ਮੈਂ ਕੰਮ ਮੈਂ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੈਗਾ, ਆਉਣ ਵਾਲਾ ਨਵਾਂ ਸਾਲ ਵੀ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਸਾਡੇ ਵਿਦਿਆਰਥੀ ਜਿਹੜੀਆਂ ਮਨੋਕਾਮਨਾਵਾਂ ਲੈ ਕੇ, ਜੋ ਐਸਪੀਰੇਸ਼ਨ ਲੈ ਕੇ ਇੱਥੇ ਪੜ੍ਹਨ ਵਾਸਤੇ ਆਏ ਨੇ, ਉਹਨਾਂ ਸਾਰਿਆਂ ਦੀਆਂ ਆਪ ਮਨੋਕਾਮਨਾਵਾਂ ਪੂਰੀਆਂ ਹੋਣ, ਉਹ ਆਪਣਾ ਆਪਣੇ ਦੇਸ਼ ਦਾ ਪਰਿਵਾਰ ਦਾ ਨਾਮ ਰੋਸ਼ਨ ਕਰਨ। ਔਰ ਇਸ ਮੌਕੇ 'ਤੇ ਮੈਂ ਇੱਕ ਬੇਨਤੀ ਵੀ ਕਰਨੀ ਚਾਹਾਂਗਾ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕਿ ਇਹ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਜਿਹੜਾ ਹੈਗਾ, ਇਸ ਵੇਲੇ ਵਾਤਾਵਰਣ ਦੀ ਬਹੁਤ ਵੱਡੀ ਚੁਣੌਤੀ ਜਿਹੜੀ ਸਾਡੇ ਸਾਹਮਣੇ ਹੈ। ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਕਰਕੇ ਸਾਡਾ ਜਿਹੜਾ ਇਨਸਾਨੀ ਜੀਵਨ ਉਹ ਪ੍ਰਭਾਵਿਤ ਹੋ ਰਿਹਾ ਔਰ ਵਾਤਾਵਰਣ ਉਹਨਾਂ ਵਿੱਚੋਂ ਇੱਕ ਹੈ। ਦੀਵਾਲੀ ਗ੍ਰੀਨ ਮਨਾਉਣ ਦੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਪਰਹੇਜ਼ ਕਰੀਏ ਕੋਈ ਪਟਾਕੇ ਚਲਾਉਣ ਤੋਂ ਜਾਂ ਕੋਈ ਇਸ ਤਰ੍ਹਾਂ ਦੇ ਕ੍ਰੈਕਰਸ ਜਿਹੜੇ ਨੇ ਜਿਨ੍ਹਾਂ ਨਾਲ ਪੋਲਿਊਸ਼ਨ ਪੈਦਾ ਜਾਂ ਜਿਨ੍ਹਾਂ ਦੇ ਨਾਲ ਕੋਈ ਫਿਜ਼ੀਕਲ ਨੁਕਸਾਨ ਹੋ ਸਕਦਾ ਹੈਗਾ, ਉਹਨਾਂ ਤੋਂ ਪਰਹੇਜ਼ ਕੀਤਾ ਜਾਵੇ ਔਰ ਅਸੀਂ ਇਹਨੂੰ ਅੱਛੇ ਢੰਗ ਦੇ ਨਾਲ ਇੱਕ ਨਵੇਂ ਦੌਰ ਦੀ ਜਿਹੜੀ ਦੀਵਾਲੀ ਆ ਉਹ ਸੈਲੀਬ੍ਰੇਟ ਕਰੀਏ। ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ